ਲੁਧਿਆਣਾ ਦੇ ਬਿੰਦਰਾ ਕਲੋਨੀ ਇਲਾਕੇ ਵਿੱਚ ਸਥਿਤ ਇੱਕ 4 ਮੰਜ਼ਿਲਾ ਨਿਊ ਜੈਨਸ ਨਾਮਕ ਹੋਜਰੀ ਦੀ ਫੈਕਟਰੀ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਕਿ ਅੱਗ ਸਭ ਤੋਂ ਪਹਿਲਾਂ ਇਮਾਰਤ ਦੀ ਉੱਪਰੀ ਮੰਜ਼ਿਲ ਤੇ ਲੱਗੀ ਅਤੇ ਬਾਅਦ ਵਿੱਚ ਇਸ ਅੱਗ ਨੇ ਹੌਲੀ ਹੌਲੀ ਪੂਰੀ ਫੈਕਟਰੀ ਦੀਆਂ 4 ਮੰਜ਼ਿਲਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਤਾਂ ਅਜੇ ਪਤਾ ਨਹੀਂ ਲੱਗ ਸਕਿਆ, ਪਰ ਕਿਆਸ ਲਗਾਏ ਜਾ ਰਹੇ ਨੇ ਕਿ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੈ। ਫਾਇਰ ਬ੍ਰਿਗੇਡ ਦੀਆਂ ਕਰੀਬ 1 ਦਰਜਨ ਗੱਡੀਆਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਸ਼ਿਵਪੁਰੀ ਦੇ ਵਿੱਚ ਸੰਤੋਖ ਨਿਊ ਜੀਨਸ ਹੌਜਰੀ ਹੈ, ਬਸੰਤ ਨਗਰ ਏਰੀਆ ਹੈਗਾ ਇਹਦੇ। ਸਵੇਰ ਦੀ ਅੱਗ ਲੱਗੀ ਹੈ, ਜਿਹੜੀ ਅੱਗ ਜਿਹੜੀ ਤਕਰੀਬਨ ਕਾਫੀ ਬੁਝਾ ਲਈ ਗਈ ਹੈ ਅਤੇ ਗਲੀ ਤੰਗ ਹੋਣ ਕਰਕੇ ਇੱਥੇ ਜੇ ਗੱਡੀਆਂ ਆ ਰਹੇ ਆ ਸਕਦੇ ਆ। ਇੱਥੇ ਨੇੜੇ ਤੇੜੇ ਜਿਹੜਾ ਰਿਹਾਇਸ਼ੀ ਇਲਾਕਾ ਹੈਗਾ, ਜਿਹੜਾ ਸਾਰਾ ਖਾਲੀ ਕਰਾ ਲਿਆ ਗਿਆ ਅਤੇ ਜਿਹੜੀ ਅੱਗ ਨੂੰ ਬੁਝਾਉਣ ਦੇ ਪ੍ਰਯਾਸ ਜਾਰੀ ਨੇ। ਹੁਣੇ ਥੋੜ੍ਹੀ ਦੇਰ ਦੇ ਵਿੱਚ ਅੱਗ ਬੁਝਾ ਦਿੱਤੀ ਹੈ। ਇਹਦੇ 10-12 ਗੱਡੀਆਂ ਪਾਣੀ 'ਚ ਪੈ ਚੁੱਕੀਆਂ ਨੇ, ਪਾਣੀ ਦੀ ਹੋਰ ਪਊਗੀ ਸਾਡੇ। ਜਸਵੰਤ ਨਗਰ ਬਿੰਦਰਾ ਕਲੋਨੀ ਜਸਵੰਤ ਨਗਰ। ਇਹ ਰੀਜ਼ਨ ਹੁਣ ਅੱਗ ਬੁਝਾਉਣ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ, ਫਿਰ ਪਤਾ ਲਾਇਆ ਜਾਊਗਾ ਅੱਗ ਇਸ ਕਾਰਨ ਕਰਕੇ। ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਸਰ? 10-12 ਗੱਡੀਆਂ ਪਾਣੀ 'ਚ ਪੈ ਚੁੱਕੀਆਂ। ਪਾਣੀ ਦੇ ਨਾਲ 9 ਵਜੇ ਦੀ ਫੋਮ ਵੀ ਯੂਜ਼ ਕਰ ਰਹੇ? ਨਹੀਂ ਨਹੀਂ, ਫੋਮ ਨਹੀਂ ਇੱਥੇ ਆ ਸਕਦੀ ਕਿਉਂਕਿ ਭੀੜੀ, ਬਹੁਤ ਭੀੜੀ ਗਲੀ ਹੈ। ਕਿਸੇ ਦੀ ਫੈਕਟਰੀ ਹੈ? ਇਹ ਹੌਜ਼ਰੀ ਹੌਜ਼ਰੀ ਹੈ ਜੀ। ਹੌਜ਼ਰੀ। ਚਲੋ ਜੀ, ਥੈਂਕ ਯੂ ਜੀ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।